ਕਿਸਾਨ ਭਰਾਵੋ ਸਤਿ ਸ਼੍ਰੀ ਅਕਾਲ ਸਵਾਗਤਾਂ ਨਾਰਥ ਇੰਡੀਅਨ ਫਾਰਮਿੰਗ ਚੈਨਲ ਤੇ ਅੱਜ ਦੀ ਵੀਡੀਓ ਆਪਾਂ ਸਰੋਂ ਦੀ ਫਸਲ ਦੇ ਸਬੰਧ ਵਿੱਚ ਬਣਾ ਰਹੇ ਹਾਂ ਜਿਸ ਵਿੱਚ ਤੁਹਾਨੂੰ ਦੱਸਾਂਗੇ ਬੀਜ ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਿੰਨੀ ਮਾਤਰਾ ਲੈਣੀ ਹੈ ਕਿਹੜੇ ਕਿਹੜੇ ਫੰਗੀਸਾਈਡਾਂ ਨਾਲ ਬੀਜ ਨੂੰ ਸੋਧ ਸਕਦੇ ਹਾਂ ਕਿੰਨੀ ਡੰਗਾਈ ਤੇ ਬੀਜ ਨੂੰ ਵੀਜਣਾ ਤੇ ਕਿਹੜੇ ਕਿਹੜੇ ਤਰੀਕਿਆਂ ਨਾਲ ਆਪਾਂ ਬੀਜ ਬੀਜ ਸਕਦੇ ਹਾਂ ਤੇ ਜਦੋਂ ਖੇਤ ਵਿੱਚ ਸਰੋਂ ਦੀ ਬਜਾਦ ਕਰਨੀ ਉਦੋਂ ਕਿਹੜੀਆਂ ਕਿਹੜੀਆਂ ਖਾਦਾਂ ਦੀ ਕਿੰਨੀ ਕਿੰਨੀ ਮਾਤਰਾ ਵਿੱਚ ਵਰਤੋਂ ਕਰਨੀ ਆ ਤੇ ਜੇ ਤੁਸੀਂ ਕਿਸਮਾਂ ਬਾਰੇ ਜਾਣਨਾ ਚਾਹੁੰਦੇ ਹੋ ਆਪਾਂ ਇਸ ਤੋਂ ਪਹਿਲਾਂ ਵੀਡੀਓ ਅਪਲੋਡ ਕਰ ਚੁੱਕੇ ਹਾਂ ਤੁਸੀਂ ਆਪਸ ਨੂੰ ਵੀ ਜਾ ਕੇ ਦੇਖ ਸਕਦੇ ਹੋ ਤੇ ਇਸ ਦੇ ਲਾਸਟ ਤੇ ਵੀ ਤੁਹਾਨੂੰ ਉਸ ਦਾ ਲਿੰਕ ਮਿਲ ਸਕਦਾ ਤੇ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਖੀਰ ਤੱਕ ਜਰੂਰ ਦੇਖਿਓ ਜੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਖੇਤੀਬਾੜੀ ਦੇ ਸੰਬੰਧ ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਮਿਲਦੀ ਰਹੇ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਜੀ ਬੀਜ ਦੀ ਮਾਤਰਾ ਕਿੰਨੀ ਲੈਣੀ ਆ ਬੀਜ ਜੇ ਤੁਸੀਂ ਗੇਤੀ ਬਜਾਈ ਕਰ ਰਹੇ ਹੋ 800 ਗ੍ਰਾਮ ਤੋਂ ਲੈ ਕੇ 1 ਕਿਲੋ ਤੱਕ ਵਰਤ ਸਕਦੇ ਹਾਂ ਜੇ ਥੋੜੇ ਜਿਹਾ ਨਾ ਕਿ ਲੇਟ ਹੋ ਗਏ ਨਵੰਬਰ ਮਹੀਨੇ ਦੇ ਵਿੱਚ ਜਾ ਰਹੇ ਹਾਂ ਤਾਂ ਤੁਸੀਂ 1 ਕਿਲੋ ਤੋਂ ਵੀ 100 150 ਗ੍ਰਾਮ ਉੱਤੇ ਪਾ ਸਕਦੇ ਹੋ ਵੈਸੇ ਜਿੰਨੀ ਸਰੋਂ ਥੋੜੀ ਵਿਰਲੀ ਹੋਵੇ ਉਨਾ ਹੀ ਚੰਗਾ ਝਾੜ ਮਿਲਦਾ ਪਰ ਆਪਾਂ ਜਦੋਂ ਪਹਿਲਾ ਪਾਣੀ ਲਾਵਾਂਗੇ ਉਦੋਂ ਆਪਾਂ ਸਰੋਂ ਨੂੰ ਵਿਰਲਾ ਵੀ ਕਰ ਸਕਦੇ ਹਾਂ ਤੇ ਇਸ ਤੋਂ ਬਾਅਦ ਜਾਂਦੇ ਹਾਂ ਬੀਜ ਦੀ ਡੰਗਾਈ ਕਿੰਨੀ ਰੱਖਣੀ ਡੰਗਾਈ ਰੱਖਣੀ ਹੈ ਜੀ ਆਪਾਂ 2 ਇੰਚ ਯਾਨੀ ਕਿ 4-5 ਸੈਂਟੀਮੀਟਰ ਤੇ ਕਤਾਰ ਤੋਂ ਕੁਤਾਰ ਦਾ ਫੈਸਲਾ ਰੱਖਾਂਗੇ 45 ਸੈਂਟੀਮੀਟਰ ਯਾਨੀ ਕਿ ਡੇਢ ਫੁੱਟ ਗੇਤੀ ਬਜਾਈ ਚ ਜੇ ਪਛੇਤੀ ਆ ਤਾਂ ਉਹਦੇ ਵਿੱਚ ਆਪਾਂ 1 ਫੁੱਟ ਰੱਖ ਸਕਦੇ ਹਾਂ ਬੀਜ ਨੂੰ ਸੋਧਣਾ ਕਿਸ ਤਰੀਕੇ ਨਾਲ ਆ ਸਭ ਤੋਂ ਪਹਿਲਾਂ ਉਸ ਦੇ ਬਾਰੇ ਜਾਣਦੇ ਆਪਾਂ ਬੀਜ ਨੂੰ ਸੋਧਣ ਲਈ ਆਰਗੈਨਿਕ ਵਿੱਚ ਤੁਸੀਂ ਲੈ ਸਕਦੇ ਹੋ ਟ੍ਰਿਕੋਡਰਮਾ ਜਿਹੜਾ ਲਿਕਵਿਡ ਚ ਆਉਂਦਾ 5 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਤੇ ਨਾਲ ਉਸ ਦੇ ਉਸ ਤੋਂ ਬਾਅਦ ਤੁਸੀਂ ਲੈ ਸਕਦੇ ਹੋ ਰਾਈਜ਼ੋਬੀਅਮ ਜਿਹੜਾ 50 ਰੁਪਏ ਦੀ ਸ਼ੀਸ਼ੀ ਆਉਂਦੀ ਆ ਉਸ ਨੂੰ ਲੈ ਸਕਦੇ ਹਾਂ 5-7 ਐਮਐਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਆਪਾਂ ਕੈਮੀਕਲ ਵਿੱਚ ਜਾਣਦੇ ਕਿਹੜੇ ਕਿਹੜੇ ਫੰਗੀਸਾਈਡ ਵਰਤ ਸਕਦੇ ਹਾਂ ਕਾਰਬਾਇਡਾਈਜ਼ਮ ਲੈ ਸਕਦੇ ਹਾਂ 2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਮੈਟਾਲੈਕਸ ਲੈ ਸਕਦੇ ਹਾਂ 35% ਚ ਜੋ ਆਉਂਦਾ 6 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਤੇ ਇਸ ਤੋਂ ਬਾਅਦ ਜੇ ਆਪ ਕਈ ਵਾਰੀ ਸਰੋਂ ਦੀ ਗੇਤੀ ਪਾਜਾਂ ਦਾ ਕਰ ਲੈਨੇ ਆ ਤਾਂ ਉੱਥੇ ਥ੍ਰਿਪਸ ਯਾਨੀ ਕਿ ਤੇਲੇ ਮੱਛਰ ਦਾ ਹਮਲਾ ਜਲਦੀ ਦਿਖਣ ਲੱਗ ਜਾਂਦਾ ਉਹਦੇ ਲਈ ਜਿਹੜੀ ਇੱਕ ਬਾયર ਦੀ ਗੱਤੋਂ ਆਉਂਦੀ ਆ ਟੈਕਨੀਕਲ ਹੈਗਾ ਮੀਡਾ ਕੋਲੋਰਾਇਡ 48% ਐਫਐਸ ਫਾਰਮੂਲੇਸ਼ਨ ਚ ਆਉਂਦੀ ਆ ਇਸ ਨੂੰ ਲੈ ਸਕਦੇ ਆ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ 8 ਤੋਂ 10 ਐਮਐਲ ਤੇ ਇਹ ਤਾਂ ਹੀ ਵਰਤਣੀ ਹੈ ਜੇ ਤੁਸੀਂ ਥੋੜੀ ਤੁਹਾਡੇ ਹਰ ਸਾਲ ਸਮੱਸਿਆ ਆਉਂਦੀ ਹੈ अदरवाइज ਵਰਤਣ ਦੀ ਕੋਈ ਜ਼ਰੂਰਤ ਨਹੀਂ ਤੇ ਰਾਈਜ਼ੋਬੀਅਮ ਬਿਲਕੁਲ ਖੇਤ ਤੇ ਲਾਉਣਾ ਪਹਿਲਾਂ ਫੰਗੀਸਾਈਡ ਵਰਤਨਾ ਜੇ ਉਸ ਤੋਂ ਬਾਅਦ ਇਨਸੈਕਟੀਸਾਈਡ ਦੀ ਲੋੜ ਆ ਤਾਂ ਹੀ ਵਰਤਨਾ ਫੇਰ ਆਪਾਂ ਇਸ ਤੋਂ ਬਾਅਦ ਜਿਹੜਾ ਰਾਈਜ਼ੋਬੀਅਮ ਕਲਚਰ ਆਉਂਦਾ ਉਸ ਨੂੰ ਲਾ ਕੇ ਛਾਂ ਇਹਨਾਂ ਦੋਵਾਂ ਤਰੀਕਿਆਂ ਵਿੱਚ ਤੁਸੀਂ ਕੋਈ ਵੀ ਤਰੀਕੇ ਨਾਲ ਬੀਜ ਸੋਧੋਗੇ ਬੀਜ ਟ੍ਰੀਟਮੈਂਟ ਕਰਕੇ ਇਸ ਤੋਂ ਬਾਅਦ ਇਸ ਨੂੰ ਛਾਂ ਵਿੱਚ ਸਕਾਉਣਾ ਛਾਂ ਵਿੱਚ ਘੰਟਾ ਘੰਟਾ ਡੇਢ ਘੰਟਾ ਹਵਾ ਲਵਾ ਕੇ ਇਸ ਤੋਂ ਬਾਅਦ ਇਸ ਦੀ ਬਿਜਾਈ ਕਰ ਦੇਣੀ ਆ ਤੇ ਇਸ ਤੋਂ ਬਾਅਦ ਆਪਾਂ ਜਾਣਦੇ ਹਾਂ ਬਿਜਾਈ ਕਰਨ ਸਮੇਂ ਖੇਤ ਦੇ ਵਿੱਚ ਕਿਹੜੀਆਂ-ਕਿਹੜੀਆਂ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਆ ਹਾਂਜੀ ਕਿਸਾਨ ਭਰਾਵੋ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਵੀ ਜਿਹੜੀਆਂ ਤੇਲ ਵਾਲੀਆਂ ਫਸਲਾਂ ਫਲੀਦਾਰ ਫਸਲਾਂ ਹੁੰਦੀਆਂ ਇਹਦੇ ਵਿੱਚ ਸਲਫਰ ਦੀ ਜ਼ਿਆਦਾ ਜ਼ਰੂਰਤ ਹੁੰਦੀ ਆ DAP ਵਰਤਣੀ ਦਾ ਆਪ 25 ਕਿਲੋ ਦੀ ਇੱਕ DAP ਵਰਤ ਸਕਦੇ ਆ ਤੇ ਨਾਲ ਆਪਾਂ ਨੂੰ 10 ਕਿਲੋ ਬੈਂਟੋਨਾਈਟ ਸਲਫਰ ਪਾਉਣਾ ਪਊਗਾ ਜੇ ਸਲਫਰ ਨਹੀਂ ਪਾਉਣਾ ਤਾਂ ਤੁਸੀਂ ਦੋ ਬੈਗ ਜੈਪਸਮ ਦੇ ਬਾ ਸਕਦੇ ਹੋ ਉਹ ਵੀ ਸਸਤਾ ਹੀ ਮਿਲ ਜਾਂਦਾ ਮਾਰਕੀਟ ਵਿੱਚ ਨਹੀਂ ਤਾਂ ਤੁਸੀਂ ਫਿਰ ਸੁਪਰ ਨੂੰ ਪਹਿਲ ਦੇ ਸਕਦੇ ਹੋ ਜਿਸ ਦੀ ਵਰਤੋਂ ਕਰਨੀ ਪਊਗੀ ਜੇ ਆਪਾਂ ਨੂੰ 75 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਲੱਸ 25 ਕਿਲੋ ਵਰਤਣੀ ਪਊਗੀ ਯੂਰੀਆ ਇਹ ਆਪਾਂ ਛਿੱਟਾ ਵੀ ਦੇ ਸਕਦੇ ਆ ਬਜਾਈ ਤੋਂ ਪਹਿਲਾਂ ਕਿਉਂਕਿ ਇੰਨੀ ਨਾਲ ਡ੍ਰਿਲ ਕਰਨੀ ਤਾਂ ਬਹੁਤ ਔਖੀ ਆ ਜੇ ਤੁਸੀਂ ਡ੍ਰਿਲ ਕਰਨੀ ਤਾਂ 5-7 ਕਿਲੋ ਸੁਪਰ ਨਾਲ ਡ੍ਰਿਲ ਵੀ ਕਰ ਸਕਦੇ ਹੋ ਤੇ ਨਹੀਂ ਤਾਂ ਸੁਪਰ ਵੀ ਨਹੀਂ ਪਾਉਣੀ ਤਾਂ ਇਸ ਤੋਂ ਬਾਅਦ ਤੁਸੀਂ 25 ਕਿਲੋ ਡੀਏਪੀ ਲੈ ਸਕਦੇ ਹੋ ਤੇ 25-30 ਕਿਲੋ ਜਿਹੜੀ ਆਈਸੀਐਲ ਦੀ ਪੋਲੀਸਲਫੇਟ ਉਹਦੀ ਉਸ ਨੂੰ ਵਰਤ ਸਕਦੇ ਹੋ ਤੇ ਜੇ ਤੁਹਾਡਾ ਝੋਨੇ ਵਾਲਾ ਖੇਤ ਨਹੀਂਗਾ ਝੋਨਾ ਲਾਉਣ ਸਮੇਂ ਜੇ ਤੁਸੀਂ ਉਹਦੇ ਵਿੱਚ ਪੋਟਾਸ਼ ਨਹੀਂ ਪਾਈ ਤਾਂ ਤੁਸੀਂ ਇਹਦੇ ਵਿੱਚ 15 ਤੋਂ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪੋਟਾਸ਼ ਵੀ ਪਾ ਸਕਦੇ ਹੋ ਯੂਰੀਆ ਆਪਾਂ ਸਰੋਂ ਦੀ ਫਸਲ ਵਿੱਚ ਹੱਦੋਂ ਵੱਧ ਨਹੀਂ ਵਰਤਣੀ ਕਿਉਂਕਿ ਸਰੋਂ ਦਾ ਬਬਦਾ ਥੱਲੋਂ ਜੜਾਂ ਵਿੱਚੋਂ ਆਪਣੇ ਆਪ ਜਾਂ ਹਵਾ ਦੇ ਵਿੱਚੋਂ ਯੂਰੀਆ ਨੂੰ ਯੂਰੀਆ ਦੀ ਮਾਤਰਾ ਨੂੰ ਪੂਰਾ ਕਰਦਾ ਵੱਧ ਤੋਂ ਵੱਧ ਤੁਸੀਂ 2 ਬੈਗ ਵਰਤ ਸਕਦੇ ਹੋ ਜਿਦੇ ਵਿੱਚ 25-30 ਕਿਲੋ ਪਹਿਲਾਂ ਪਾ ਸਕਦੇ ਹੋ ਬਜਾਈ ਸਮੇਂ ਤੇ ਜਾਂ ਤੁਸੀਂ ਜਦੋਂ ਖੇਤ ਰੌਣੀ ਕਰੋਗੇ ਉਸ ਸਮੇਂ ਵੀ ਪਾ ਸਕਦੇ ਹੋ ਇਸ ਤੋਂ ਬਾਅਦ 20 ਕਿਲੋ ਪਹਿਲੇ ਪਾਣੀ ਦੇ ਪਾ ਸਕਦੇ ਹਾਂ ਤੇ ਇੱਕ ਡੋਜ਼ ਜੇ ਕਈ ਹਫ਼ਤੇ ਤੱਕ ਅਸੀਦੀ ਨਹੀਂ بارش ਹੁੰਦੀ ਆ ਉਸ ਸਮੇਂ ਵੀ ਪਾ ਸਕਦੇ ਹਾਂ ਤੇ ਜਦੋਂ ਪਹਿਲਾ ਪਾਣੀ ਲਾਉਣਾ ਉਸ ਤੇ ਆਪਾਂ ਇੱਕ ਅਲੱਗ ਤੋਂ ਵੀਡੀਓ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਜਾਣਦੇ ਵੀ ਸਰੋਂ ਨੂੰ ਬੀਜਣ ਲਈ ਕਿਹੜੇ-ਕਿਹੜੇ ਤਰੀਕੇ ਆਪਾਂ ਅਪਣਾ ਸਕਦੇ ਹਾਂ ਕਾਫੀ ਕਿਸਾਨ ਭਰਾਵਾਂ ਨੇ ਇਹ ਤਜਰਬਾ ਕੀਤਾ ਵੀ ਹੈ ਕਿ ਸਾਰੀਆਂ ਖਾਦਾਂ ਨੂੰ ਛਿੱਟਾ ਦੇ ਕੇ ਉਸ ਤੋਂ ਬਾਅਦ ਸਰੋਂ ਦੇ ਬੀਜ ਦਾ ਛਿੱਟਾ ਦੇ ਕੇ ਤੇ ਉਸ ਤਰ੍ਹਾਂ ਹੀ ਖੇਤ ਵਿੱਚ ਜਾਨੀ ਕਿ ਖੇਲਾਂ ਪਾ ਦਿੰਦੇ ਆ ਮਟਰ ਵਾਲੀ ਮਸ਼ੀਨ ਨਾਲ ਜਾਂ ਆਲੂ ਵਾਲੀ ਮਸ਼ੀਨਾਂ ਵਿੱਚ ਖਾਲੀਆਂ ਪਾ ਦਿੰਦੇ ਆ ਇਹ ਤਰੀਕਾ ਵਰਤ ਸਕਦੇ ਹੋ ਜੇ ਤੁਸੀਂ ਇਹ ਨਹੀਂ ਵਰਤਨਾ ਤੇ ਨਹੀਂ ਤਾਂ ਤੁਸੀਂ ਫਿਰ ਜੋ ਇੱਕ ਮੱਕੀ ਬੀਜਣ ਲਈ ਨਿਮੈਟਿਕ ਪਲਾਂਟਰ ਆਉਂਦਾ ਜਿਹਦੇ ਨਾਲ ਆਪਾਂ ਮੱਕੀ ਦੀ ਬਜਾਦ ਕੀਤੀ ਸੀ ਸੈਲੇ ਲਈ ਉਸ ਨਾਲ ਵੀ ਆਪਾਂ ਸਰੋਂ ਦੀ ਬਜਾਦ ਕਰ ਸਕਦੇ ਆ ਉਹ ਵੀ ਬਹੁਤ ਘੱਟ ਮਾਤਰਾ ਵਿੱਚ ਬੀਜ ਪਾਉਂਦਾ ਤੇ ਬਹੁਤ ਵਧੀਆ ਹੋ ਵੀ ਜੇ ਤੁਹਾਨੂੰ ਉਹ ਵੀ ਨਹੀਂ ਮਿਲ ਰਿਹਾ ਤਾਂ ਤੁਸੀਂ ਵੈਸੇ ਸੈਂਪਲ ਬੈੱਡ ਪਣਾ ਕੇ ਹੱਥ ਨਾਲ ਚੁਟਕਿਆਂ ਨਾਲ ਵੀ ਸਰੋਂ ਦੀ ਬਜਾਦ ਕਰ ਸਕਦੇ ਆਂ ਨਹੀਂ ਤਾਂ ਫਰ ਸੋਰੋਂ ਬੀਜਣ ਲਈ ਕੋਈ ਸਪੈਸ਼ਲ ਮਸ਼ੀਨਾਂ ਆਈਆਂ ਉਹਨਾਂ ਦੇ ਵੀ ਤੁਸੀਂ ਵਰਤੋ ਕਰ ਸਕਦੇ ਹੋ ਜੇ ਤੁਹਾਨੂੰ ਇਹਨਾਂ ਵਿੱਚ ਕੋਈ ਵੀ ਤਰੀਕਾ ਜਾਂ ਕੋਈ ਵੀ ਹੱਲ ਨਹੀਂ ਹੋ ਰਿਹਾ ਫਿਰ ਤੁਸੀਂ ਜਿਹੜੀ ਕਣਕ ਬੀਜਣ ਲਈ ਮਸ਼ੀਨ ਵਰਤਦੇ ਹੋ ਉਸ ਨੂੰ ਵਰਤ ਸਕਦੇ ਹੋ ਉਹਦੇ ਲਈ ਤੁਹਾਨੂੰ ਤੁਹਾਨੂੰ ਕੀ ਕਰਨਾ ਪਊ ਉਹ ਵੀ ਧਿਆਨ ਨਾਲ ਸੁਣੋ ਉਸ ਦੇ ਜੀ ਆਪਾਂ ਦੋ ਪੋਰ ਬੰਦ ਕਰਾਂਗੇ ਦੋ ਪੋਰ ਬੰਦ ਕਰਕੇ ਇੱਕ ਚੱਲੂਗਾ ਫਿਰ ਦੋ ਬੰਦ ਐ ਇਸ ਤਰੀਕੇ ਨਾਲ ਬੀਜ ਸਕਦੇ ਆ ਸੋਰੋਂ ਦਾ ਬੀਜ ਬਹੁਤ ਬਰੀਕ ਹੁੰਦਾ ਇਦੇ ਲਈ ਤੁਸੀਂ ਉਹਦੇ ਵਿੱਚ ਚੌਲਾਂ ਦੀ ਬਰੀਕ ਕਣੀ ਰਲਾ ਸਕਦੇ ਹੋ 5-7 ਕਿਲੋ ਤਾਂ ਜੋ ਬੀਜ ਤੁਹਾਡਾ ਸਾਰੇ ਖੇਤ ਵਿੱਚ ਆਸਾਨੀ ਨਾਲ ਬੀਜਿਆ ਜਾ ਸਕੇ ਇਹ ਵੀ ਕਾਫੀ ਕਿਸਾਨ ਭਰਾਵਾਂ ਨੇ ਤਰੀਕਾ ਜਮਾਇਆ ਤੁਸੀਂ ਵੀ ਥੋੜੀ ਰੀਲ ਵਿੱਚ ਜਮਾ ਕੇ ਦੇਖ ਸਕਦੇ ਹੋ ਤੇ ਇੱਕ ਹੋਰ ਗੱਲ ਦਾ ਧਿਆਨ ਰੱਖਿਆ ਜਾਵੇ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨਾਂ ਵਿੱਚੋਂ ਬਜਾਦ ਕਰ ਰਹੇ ਹੋ ਪਰ ਇੱਕ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਆਪਾਂ ਸਪਰੇਅ ਕਰਨੀ ਸੌਖੀ ਹੋ ਜੇ ਉਸ ਹਾਬ ਨਾਲ ਆਪਾਂ ਨੂੰ ਵਿਚਾਲੇ ਇੱਕ ਵੱਟ ਪਾ ਲੈਣੀ ਚਾਹੀਦੀ ਜਾਨੀ ਕਿ ਥਾਂ ਉਹਨਾਂ ਕ ਛੱਡ ਲੈਣਾ ਚਾਹੀਦਾ ਜਿਸ ਨਾਲ ਆਪਣਾ ਪੰਪ ਦੋਨੇ ਪਾਸੇ ਹੀ ਪ੍ਰੈਸ਼ਰ ਨਾਲ ਇਸ ਦੇ ਉੱਪਰ ਸਪਰੇਅ ਕਰ ਸਕੇ ਨਹੀਂ ਤਾਂ ਅਖੀਰ ਤੇ ਜਾ ਕੇ ਗਈਰੀ ਸਪਰੇਅ ਕਰਨੀ ਔਖੀ ਹੋ ਜਾਂਦੀ ਹੈ ਤੇ ਵਿਚਾਲੇ ਵਿਚਾਲੇ ਉਲੀਆਂ ਕੀਟਾਂ ਦਾ ਹਮਲਾ ਵੱਧ ਦੇਖਣ ਨੂੰ ਮਿਲਦਾ ਤੇ ਇੱਕ ਵਾਰੀ ਮੈਂ ਅਖੀਰ ਤੇ ਫੇਰ ਦੱਸਣਾ ਚਾਹੁੰਦਾ ਕਿ ਜਦੋਂ ਵੀ ਆਪਾਂ ਤੇਲ ਵਾਲੀਆਂ ਫਸਲਾਂ ਦੀ ਬਜਾਈ ਕਰਦੇ ਹਾਂ ਉਹਨਾਂ ਵਿੱਚ ਸਲਫਰ ਦੀ ਵੱਧ ਜ਼ਰੂਰਤ ਹੁੰਦੀ ਆ ਤੇ ਬਜਾਈ ਸਮੇਂ ਆਪਾਂ ਸੁਪਰ ਖਾਦ ਨੂੰ ਪਹਿਲ ਦਵਾਂਗੇ ਤਾਂ ਵਧੀਆ ਚੰਗੇ ਨਤੀਜੇ ਮਿਲਣਗੇ ਤੇ ਬਾਕੀ ਹੋਰ ਖੇਤੀਬਾੜੀ ਦੇ ਹੋਰ ਫਸਲਾਂ ਦੇ ਸਬੰਧ ਵਿੱਚ ਵੀਡੀਓ ਦੇਖਣ ਲਈ ਚੈਨਲ ਨਾਲ ਜੁੜੇ ਰਹੋ ਤੇ ਆਹ ਵੀਡੀਓ ਵਿੱਚ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਨਾਲ ਸਾਂਝੀ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ